ਸਤਿ ਸ਼੍ਰੀ ਅਕਾਲ ਜੀ ਸਾਰਿਆਂ ਨੂੰ, ਆਈ ਹੋਪ ਤੁਸੀਂ ਸਾਰਿਆਂ ਨੇ ਵਧੀਆ ਹੋਵੋਗੇ। ਵੈਲਕਮ ਬੈਕ ਟੂ ਆਰ ਚੈਨਲ। ਆਈ ਹੋਪ ਤੁਸੀਂ ਸਾਰਿਆਂ ਨੇ ਘੈਂਟ ਹੀ ਹੋਵੋਗੇ। ਅਤੇ ਪਹਿਲੀ ਗੱਲ ਮੇਰੇ ਵੱਲੋਂ, ਮੇਰੀ ਫੈਮਿਲੀ ਵੱਲੋਂ ਤੁਹਾਨੂੰ ਸਾਰਿਆਂ ਨੂੰ, ਤੁਹਾਡੀ ਫੈਮਿਲੀ ਨੂੰ ਹੈਪੀ ਦੀਵਾਲੀ। ਵੈਸੇ ਵਲੋਗ ਤਾਂ ਕੱਲ੍ਹ ਪਾਇਆ ਜਾਏਗਾ, ਤਾਂ ਮੈਂ ਸੋਚਿਆ ਕਿ ਤੁਹਾਨੂੰ ਅੱਜ ਹੀ ਦੱਸ ਦਿੰਦੇ ਹੈਪੀ ਦੀਵਾਲੀ। ਅਤੇ ਪਿਛਲੇ ਦਿਨ ਨੂੰ ਕਹਿੰਦੇ ਆ ਬਲੇਟਿਡ ਹੈਪੀ ਦੀਵਾਲੀ ਸਾਰਿਆਂ ਨੂੰ। ਅੱਜ ਦਾ ਵਲੋਗ ਬੜਾ ਹੀ ਘੈਂਟ ਵਲੋਗ ਹੋਊਗਾ, ਛੋਟਾ ਵਲੋਗ ਹੋਊਗਾ, ਪਰ ਐਂਡ ਤੱਕ ਜ਼ਰੂਰ ਵੇਖਿਓ ਅਤੇ ਲਾਈਕ ਕਮੈਂਟ ਸ਼ੇਅਰ ਕਰਨਾ ਨਾ ਭੁੱਲਿਓ, ਪਲੀਜ਼ ਰਿਕੁਐਸਟ ਆ। ਅਤੇ ਥੱਲੇ ਸਬਸਕ੍ਰਾਈਬ ਦਾ ਬਟਨ ਦਿੱਤਾ, ਉਹਨੂੰ ਦੱਬ ਦਿਓ ਅਤੇ ਬੈੱਲ ਲਾਈਕਨ ਵੀ ਕਰ ਦਿਓ। ਅਤੇ ਅੱਜ ਦਾ ਮੈਂ ਤੁਹਾਨੂੰ ਦੱਸ ਰਿਹਾ ਮੈਂ ਕਿੱਥੇ ਜਾ ਰਿਹਾ, ਤੁਹਾਨੂੰ ਪੂਰਾ ਦੱਸਾਂਗਾ। ਅੱਜ ਮੈਂ ਜਾ ਰਿਹਾ ਬੰਬ ਲੈਣ, ਦੀਵਾਲੀ ਵਾਸਤੇ ਨਹੀਂ, ਵਿਆਹ ਵਾਸਤੇ। ਘਰਦਿਆਂ ਨੇ ਥੋੜ੍ਹੇ ਬਹੁਤ ਪੈਸੇ ਦਿੱਤੇ ਆ, ਕਹਿੰਦੇ ਜਾਂ ਦੀਵਾਲੀ ਮਨਾ ਲਾ ਜਾਂ ਵਿਆਹ ਮਨਾ ਲਾ। ਮੈਂ ਕਿਹਾ ਦੀਵਾਲੀ ਸਾਰੇ ਮਨਾਉਂਦੇ ਰਹਿੰਦੇ ਆ, ਵਿਆਹ ਮਨਾਉਂਦੇ, ਵਿਆਹ 'ਚ ਲੋਕ ਵੇਖਣਗੇ ਸਹੀ। ਅਤੇ ਮੈਂ ਜਾ ਰਿਹਾ ਬੰਬ ਲੈਣ, ਤੁਹਾਨੂੰ ਪਤਾ ਲੱਗ ਹੀ ਗਾਣਾ ਮੈਂ ਬੰਬ ਕਿਹੜੇ ਲੈਣੇ ਆ। ਦੀਵਾਲੀ, ਸੋਰੀ, ਦੀਵਾਲੀ ਕਹਿੰਦਾ, ਵਿਆਹ 'ਤੇ ਛੋਟੇ ਮੋਟੇ ਬੰਬ 'ਤੇ ਚੱਲਦੇ ਨਹੀਂ ਆ, ਚੱਲਦੇ ਸਿਰਫ ਸ਼ੋਰਟਸ ਆ। ਸੋ ਮੈਂ ਉਹੀ ਲੈਣ ਜਾ ਰਿਹਾ। ਮੈਂ ਜਾ ਰਿਹਾ, ਭਾਜੀ ਜਾ ਰਹੇ ਆ ਅਤੇ ਸਾਹਿਬ ਜਾ ਰਿਹਾ। ਸਾਹਿਬ ਨੇ ਉੱਧਰ ਉੱਧਰ ਸਿੱਧਾ ਆਪਣੇ ਉੱਥੇ ਆਏ ਨਾ ਜਿੱਥੇ ਆਪਾਂ ਜਾ ਰਹੇ ਹਾਂ, ਮੈਂ ਭਾਜੀ ਨਾਲ ਜਾ ਰਿਹਾ। ਸੋ ਮੈਂ ਓਕੇ ਬਾਏ, ਮੈਂ ਚੱਲਾਂ ਵਾਂ, ਤੁਹਾਨੂੰ ਸਾਰਾ ਵਲੋਗ ਦੱਸਾਂਗਾ, ਛੋਟਾ ਵਲੋਗ ਹੋਊਗਾ, ਪਲੀਜ਼ ਐਂਡ ਤੱਕ ਜ਼ਰੂਰ ਵੇਖਿਓ। ਥੈਂਕ ਯੂ, ਓਕੇ ਬਾਏ। ਆ ਗਏ ਨੇ ਛੋਟੇ ਭਾਜੀ, ਕੀ ਹਾਲ ਚਾਲ ਆ ਬ੍ਰੋ? ਠੀਕ ਆ, ਵਲੋਗ ਬਣਾਉਂਦੇ ਆ, ਵਲੋਗ, ਕੋਈ ਗੱਲ ਤੇ ਨਹੀਂ? ਹੈਲੋ। ਓਹੋ, ਆ ਮੇਰਾ ਛੋਟਾ ਭਰਾ। ਇਹ ਬੰਦਾ ਪਤਾ ਕੌਣ ਹੈਗਾ ਜੀ? ਇੱਧਰ ਬੈਠੀ, ਇੱਥੇ ਬੈਠ, ਇੱਥੇ ਬੈਠ, ਇੱਕ ਮਿੰਟ ਦੇ ਉੱਪਰ ਹੀ। ਠੀਕ ਆ, ਇਹ ਬੰਦਾ ਪਤਾ ਕੌਣ ਹੈਗਾ ਜੀ? ਇਹ ਹੈਗਾ ਏ ਛੋਟਾ ਸਰਬਾਲਾ। ਓਕੇ, ਤੁਹਾਨੂੰ ਹੁਣੇ ਦੱਸਣਾ, ਮੂੰਹ ਵੇਖ ਲਓ ਇਹਦਾ, ਆ ਹੈਗਾ ਜੀ ਛੋਟਾ ਸਰਬਾਲਾ। ਅਤੇ ਆ ਗਏ ਭਾਜੀ, ਕੀ ਹਾਲ ਜੀ? ਭਾਜੀ ਵਧੀਆ ਵੀਰ, ਤੁਸੀਂ ਸੁਣਾਓ? ਠੀਕ ਹੋ? ਚਲੀਏ, ਅੱਧੇ ਉੱਥੇ ਚਲਾਉਣੇ ਆਪਾਂ, ਉੱਥੇ ਚਲਾਉਣੇ, ਦੁਕਾਨਾਂ ਵੱਲ ਨੂੰ ਮੂੰਹ ਕਰਕੇ ਭਾਈਆਂ ਚਲਾਉਣੀਆਂ। ਅੱਛਾ, ਜਿਹਨਾਂ ਤੋਂ ਲੈਣੇ ਆ। ਹਾਂ, ਤਾਂ ਜਿਹਨਾਂ ਕੋਲ ਲੈਣੇ ਆ। ਸੋ ਚੱਲ ਆਪਾਂ ਜਾਣ ਲੱਗੇ ਹਾਂ, ਤੂੰ ਨਹੀਂ ਜਾਣਾ? ਨਹੀਂ, ਚੱਲ ਚੰਗਾ ਫਿਰ, ਪਿੱਛੇ ਪੈ ਗਿਆ, ਚਲੋ ਫਿਰ, ਚਲੋ। ਸੋ ਹੁਣ ਆਪਾਂ ਜਾ ਰਹੇ ਹਾਂ ਅਤੇ ਤੁਹਾਨੂੰ ਉੱਥੇ ਜਾ ਕੇ ਮਿਲਦੇ ਹਾਂ। ਪੂਰਾ ਦੇਸੀ ਨੁਸਖਾ ਲਾਇਆ ਹੋਇਆ, ਸਪੀਕਰ ਲਾਏ ਹੋਏ ਹੈ ਭਾਜੀ, ਸਪੀਕਰ ਵੇਖੀ ਜਾਈਏ ਨਾ ਆਵਾਜ਼, ਪਰ ਇਹ 'ਚ ਨਹੀਂ ਨਾ ਲਾ ਸਕਦੇ, ਕਾਪੀ ਰਾਈਟ ਆਈ ਨਾ ਫਿਰ। ਅੱਛਾ, ਤਾਂ ਨਹੀਂ ਲਾਉਂਦੇ, ਮੈਂ ਗਾਣੇ ਲਾ ਨਹੀਂ ਸਕਦਾ ਫਿਰ, ਵੀਡੀਓ ਨਾ, ਕਾਪੀ ਰਾਈਟ। ਹਾਂ, ਫਿਰ ਉਹਨਾਂ ਨੂੰ ਦੇਣਾ ਪੈਂਦਾ ਕਲੇਮ ਵਗੈਰਾ ਕੁਛ ਹੁੰਦਾ ਹੁੰਦਾ ਸੀ। ਸੋ ਆਪਾਂ ਘਰੋਂ ਤਾਂ ਨਿਕਲ ਚੁੱਕੇ ਹਾਂ ਅਤੇ ਗਾਣੇ ਵੀ ਲੱਗ ਗਏ ਆ, ਤੁਹਾਨੂੰ ਉੱਥੇ ਜਾ ਕੇ ਮਿਲਦੇ ਹਾਂ, ਓਕੇ ਬਾਏ। A few moments later. So guys, ਆਪਾਂ ਆ ਚੁੱਕੇ ਹਾਂ ਜਿੱਥੇ ਆਪਾਂ ਆਉਣਾ ਸੀ, ਅਤੇ ਹੁਣ ਆਪਾਂ ਗੱਡੀ 'ਚੋਂ ਨਿਕਲਣਾ, ਹੁਣ ਨਿਊ ਅੰਮ੍ਰਿਤਸਰ, ਨਿਊ ਅੰਮ੍ਰਿਤਸਰ ਆਏ ਆ, ਨਿਊ ਅੰਮ੍ਰਿਤਸਰ। ਅਤੇ ਸਾਹਿਬ ਵੀ ਆ ਰਿਹਾ ਵਾ, ਅਤੇ ਰਸਤੇ 'ਚ ਹੈਗਾ ਵਾ, ਵੇਖਦੇ ਆਪਾਂ ਹੁਣ ਕਿੱਥੇ ਜਾਈਏ, ਪਤਾ ਨਹੀਂ ਲੱਗਣ ਦਿਆ, ਅੱਗੇ ਜਾ ਕੇ ਪਤਾ ਲੱਗੂਗਾ। ਓਕੇ ਬਾਏ, ਪਹਾੜ ਡਿੱਗਣਾ ਜਾਈ, ਬਾਹਰ ਨਹੀਂ ਆਉਂਦੇ। ਉਹ ਆਇਆ ਭਰਾ, ਗੁਆੜੀ ਖੁੱਲਣ ਦਿਆ, ਸੈੱਲ ਘੱਟ ਗਏ, ਚਲ ਆਇਆ। ਸੋ ਤੁਸੀਂ ਵੇਖ ਸਕਦੇ ਹੋ ਉੱਥੇ ਦੁਕਾਨਾਂ ਬਹੁਤ ਹੈਗੀਆਂ। ਨਿਊ ਅੰਮ੍ਰਿਤਸਰ ਆਏ ਹਾਂ ਆਪਾਂ, ਅਤੇ ਕਿੱਦਾਂ ਲੱਗ ਰਿਹਾ? ਵਧੀਆ ਘੈਂਟ। ਸੋ ਚਲੋ ਚਲੀਏ ਫਿਰ, ਵੇਖ ਸਕਦੇ ਹੋ ਅਤੇ ਬਹੁਤ ਵਧੀਆ ਸ਼ੋਟਸ ਲੱਗੇ ਹੋਏ ਨੇ, ਅਤੇ ਪਤਾ ਨਹੀਂ ਦੁਕਾਨ ਨੰਬਰ ਕਿੰਨੀ ਆ, ਨਹੀਂ ਪਤਾ ਲੱਗਾ ਹਾਲੇ ਤੱਕ। ਬਹੁਤ ਵਧੀਆ ਹੈਗੇ ਇੱਥੇ ਬੰਬ, 120 ਸ਼ੋਟ, ਮਿੰਟ ਚੱਲਦਾ ਹੋਣਾ, ਚਲੋ ਹੋਰ। ਉਹ ਜਿਹੜਾ ਡੈਜ਼ਰਟ ਵਾਲਾ ਹੈਗਾ ਇੱਕ ਉੱਧਰ ਲੱਗਾ, ਉਹ ਕਿਹੜਾ ਡੱਬਾ ਲੱਗਾ? ਇਹ ਕਿੰਨੇ ਦਾ? 1200। 100-1200 ਦਾ, 1200। ਇਹ 'ਚ ਕਿੰਨੇ? 120 ਨੇ, 50 ਆ। ਅੱਛਾ, ਉਹ ਲਾ ਕੋਕ ਦਾ ਬ੍ਰਾਂਡ ਜੀ,
ਆ ਗਿਆ ਭਾਈ 240 ਦਾ 180 ਦਾ ਹੋਇਆ ਜੀ ਠੀਕ ਹੈ ਜੀ ਆਹ ਕਿੰਨੇ ਸ਼ੋਟ ਜੀ 120 ਸ਼ੋਟ ਹੈ ਜੀ ਠੀਕ ਹੈ ਇੱਕ 160 ਸ਼ੋਟ ਹੈਗਾ ਜੀ 200 ਆਹ ਕਿੰਨੇ ਦਾ ਹੈਗਾ ਜੀ 240 4500 ਦਾ ਹੈਗਾ ਜੀ ਕੁੱਕੜ ਦਾ ਬ੍ਰਾਂਡ ਭਾਈ 4600 ਹੁੰਦੇ ਕੀ ਸਾਨੂੰ ਹਿੰਦੀ ਅੰਗਰੇਜ਼ੀ ਦੱਸ ਦਿਓ ਭਾਈ 4600 4600 ਹਾਂਜੀ 4600 ਠੀਕ ਹੈ 180 ਵਾਲਾ 80 ਵਾਲਾ ਭਾਈ 4000 कोक का ब्रांड है मतलब कि कोई भी मिसिंग नहीं होगी जी गारंटी फुल है पूरे गिन के चेक कर सकते वीडियो बना सकते जी इन्ने चले है जिन्हें के उन्ने ही चलन गए सारिया दुकाना गया जिथे मर्जी चल जाओ रेट तीन है ही होना वा जो होना बाकी कोई ना भाई दस दे मेहरबानी करो भाई 500 ले बरात भी अंदर गई फिर भूल जाओ नहीं आप कह देना जिन्हें साढ़े पटाके नहीं मुकते आप अंदर नहीं जाना एक बजे तक नहीं मुकते फिर इतने तेरे व्याह तो भी यही चलाने हैं भजना भजना सुन ले भाई सारे ने बंब लैके जाते भावें खलोते इतने चलिए आप फिर तेरा दोस्त नहीं आ रहा यार मेरा दोस्त नहीं आ रहा मैनू पता मैं सोचता खाली हाथ ही चलते घरे नहीं नहीं खाली हाथ नहीं आना शिकार शिकार करके जाना फिर शिकार करके जाना ਸੁਣ ਲਿਆ ਥੋੜਾ ਸਪਾਈਸੀ ਕਰ ਦਿਓ 2 hours later ਬੰਦਾ ਇੰਨਾ ਲੇਟ ਆਇਆ ਨਾ ਕਿੱਥੇ ਰਹਿ ਗਿਆ ਦੱਸ ਦੇ ਪਹਿਲਾਂ ਭਰਾ ਗੁਰੂ ਘਰ ਮੱਥਾ ਟੇਕ ਕੇ ਗਿਆ ਓਏ ਤੂੰ ਵੀ ਜਾਣਾ ਵਾ ਪਾਪੀ ਬਣੇ ਸੁਣਨਾਗਾ ਤੁਹਾਡੇ ਵਾ ਕੀ ਪਤਾ ਪਾਪੀ ਹੋਏ ਪਤਾ ਹੁੰਨਾ ਕੁਛ ਬਾਂਚੋਲੇ ਖਾਏਗਾ ਬਾਂਚੋਲੇ ਉਹ ਲੈਮਨ ਪੀਏਗਾ ਨਹੀਂ ਬਾਂਚੋਲੇ ਖਾ ਬਾਂਚੋਲੇ ਖਾਣੇ ਵੀਰੇ ਇੱਕ ਹੋਰ ਕਰਦੀ ਯਾਰ ਚਲ ਆ ਮੈਨੂੰ ਮਿਲ ਗਏ ਮੈਂ ਤੇ ਖਾਵਾਂ ਪਹਿਲਾਂ ਚੱਲ ਆ ਫੜ ਹੁਣ ਅਗਲਾ ਵਲੌਗ ਹੁਣ ਅਗਲਾ ਵਲੌਗ ਕਹਿੰਦੇ ਆ ਰਿਪੀਟ ਵਲੌਗ ਤੂੰ ਹੀ ਕਰੇਗਾ ਨਵੇਂ ਕੱਪੜੇ ਪਾਏ ਪਰ ਸਹੀ ਗੱਲ ਦੱਸਾਂ ਕੱਪੜੇ ਸੋਹਣੇ ਆ ਤੈਨੂੰ ਨਹੀਂ ਚਾਚੇ ਮੇਰਾ ਵੀਰ ਰਹਿਣ ਦੇ ਦੋ ਨਾ ਪਾਇਆ ਕਰੇ ਤਾਂ ਇਹ ਚੀਜ਼ਾਂ ਘੰਟਾ ਹੋ ਗਿਆ ਮੈਂ ਸਾਰੀਆਂ ਦੁਕਾਨਾਂ ਘੁੰਮ ਆਇਆ ਜੀ ਕੀ ਮਿਲਿਆ ਬਾਈ ਰੇਟ ਰੂਟ ਪੁੱਛਣ ਦੇ ਆ ਗਿਆ ਜੀ ਉਹ ਪੰਜ ਛੋਲੇ ਆ ਗਏ ਨੇ ਆਪਣੇ ਹਾਂ ਜੀ ਸਰ ਸੜੋ ਤੂੰ ਸੜ ਸਾਡਾ ਮੁੱਕ ਚੱਲਾ ਹੁਣ ਤੁਸੀਂ ਵੇਖ ਕੇ ਸੜੋ ਓਏ ਨਹੀਂ ਗਾਣਾ ਦੇਣਾ ਵੀ ਨਹੀਂ ਜੀ ਉਹ ਚੱਲੇ ਆ ਹੁਣ ਪਟਾਕੇ ਪਟਾਕੇ ਜਾਂ ਛੋੜ ਪਤਾ ਨਹੀਂ ਕੀ ਲੈਣ ਆਇਆ ਬਾਈ ਲੈਣ ਚੱਲਦੇ ਆ ਧਿਆਨ ਨਾ ਡਿੱਗੀ ਜਾਣਾ ਮਾਮਾ ਪਿੱਛੇ ਖਲੋ ਕਰੇ ਕੀ ਲੈਣ ਆਇਆ ਤੂੰ ਪਹਿਲਾਂ ਖਾ ਲੈ ਲਵੇ ਭੁੱਖੜਾ ਛੱਡ ਦੇ ਇਹਨੂੰ ਬੀੜੀ ਬੰਬ ਬੀੜੀ ਬੰਬ ਲੈਣੇ ਲੈ ਮੇਰੇ ਫੁੱਕੀ ਬੰਬ ਲੈਣੇ ਬਈਆ ਬਰਾਤ ਦੇ ਸਾਰੇ ਬੰਦਿਆਂ ਨੂੰ ਪੰਜ ਪੰਜ ਫੁੱਕੀ ਬੰਬ ਦੇ ਦੇਣੇ ਜਦੋਂ ਪੈਲੇਸ ਦੇ ਕੋਲ ਪਹੁੰਚੋ ਤੇ ਪੈਰਾਂ ਦੇ ਵਿੱਚ ਮਾਰਨੇ ਜੀ 8000 ਆਇਆ ਖਾਤੇ ਨਹੀਂ ਹਾਲੇ ਨਹੀਂ ਆਇਆ 8000 ਚੱਕਰੋ ਬਾਬੂ ਓ ਛੋਟੂ ਇਧਰ ਆ ਦੋ ਦੋ ਕੱਢ ਦੇ ਯਾਰ ਇਹ ਵਾਲੇ 49
ਪੈਸੇ ਲੈ ਗਿਆ ਕਿ ਭਾਈ ਪਟਾਕੇ ਵੇਚਣੇ ਇਹਨਾਂ ਦੇ ਪੈਸੇ ਲੈ ਗਿਆ ਤਈਓ ਆ ਹੋਰ ਲੈ ਗਿਆ ਤੂੰ ਭਾਈ ਪਟਾਕੇ ਵੇਚਣ ਦੇ ਹੋਏ ਤੂੰ ਵੀ ਇੱਥੇ ਸਾਈਡ ਤੇ ਖੜਾ ਹੋ ਗਿਆ ਆ ਜੋ ਕਢਵਾਉਣਾ ਕਢਵਾਓ ਕਿੰਨਾ ਕਿੰਨੇ ਦਾ 1200 ਦਾ 1200 ਦਾ ਜੋ ਕਢਵਾਉਣਾ ਕਢਵਾਕੇ ਨਹੀਂ ਪੈਣੇ ਤੇਰਾ 12 24 ਤੇ ਬੜੇ ਆ ਚਾਰ ਹੋਰ ਇੱਕ ਅੱਧੇ ਲੈ ਲਈਏ ਵਾਹ ਖੁਸ਼ੀ ਵਾਧ ਹੋ ਗਈ ਦੱਸ ਬਹੁਤ ਹੈ ਕਰ ਦੋ ਭਾਈ ਹੋਰ ਨਹੀਂ इना समान लगे की करना जेब च पा देनी माचिस आप चाहिए अपने मिली तेन ਹੋਰ ਕੀ ਚਾਹੀਦਾ ਤੈਨੂੰ ਬਸ ਇੰਨਾ ਹੀ ਕੰਮ ਹੈ ਹਾਂ ਯਾਰ ਇੰਨੇ ਕੰਮ ਲਈ ਮੈਨੂੰ ਇੰਨੇ ਦੂਰੋਂ ਬੁਲਾਇਆ ਫੇਰ ਕੀ ਹੋ ਗਿਆ ਆ ਗਿਆ ਤੇ ਭਾਈ ਆਹੋ ਹੀ ਮੇਨ ਕੰਮ ਹੈ ਚੱਲ ਹੁਣ ਬੈਰਾ ਇੱਥੇ ਤੋਂ ਲੰਮੇ ਪੈ ਜਾ ਪੁੰਜੇ ਇੱਧਰ ਬਣਾਇਆ ਜਾਏਗਾ ਵਲੌਗ ਚਲੋ ਵੜ ਜਾਓ ਬਰਾਤ ਦਾ ਜਿਹੜਾ ਬੰਦਾ ਲੇਟ ਹੋਇਆ ਉਹਨੂੰ ਇਹ ਬਚਾਏਗਾ ਹਾਂ ਉਹ ਹੀ ਬਚਾਊਗਾ ਇਹ ਬਚਾਏਗਾ ਇਹ ਬਚਾਏਗਾ ਕਿ ਆਪਾਂ 15 20 ਮਿੰਟ ਬਾਅਦ ਇਹੀ ਪ੍ਰੋਗਰਾਮ ਕਰਨਾ तो आसा अज का ब्लॉग हैगा छोटा जहा ब्लॉग जो तुम सारे वधिया लगे तो लाइक कमेंट जरूर कर लियो तो शेयर किन्ने कहना वा तो शेयर भी कर दियो चैनल सब्सक्राइब कर दियो लाइक कमेंट शेयर कर दियो लव यू टेक केयर ओके बाय बाय।